कोरोना महामारी ਤੋਂ ਬਾਅਦ ਹੁਣ ਦੇਸ਼ ਦੇ ਵਿੱਚ ਬਲੈਕ ਫੰਗਸ ਦਾ ਖੌਫ ਹੈ ਇਸ ਬਿਮਾਰੀ ਤੋਂ ਬਚਾ ਲਈ ਕਿਸ ਤਰ੍ਹਾਂ ਦੀ احتیاط ਵਰਤੀ ਜਾਣੀ ਚਾਹੀਦੀ ਹੈ ਇਸ ਬਾਰੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨਾਲ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ ਅਮਨਦੀਪ ਸਿੰਘ ਨੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਦੇ ਵਿੱਚ ਲੈ ਰੱਖਿਆ ਹੈਗਾ ਕੋਰੋਨਾ ਵਾਇਰਸ ਦੇ ਚੱਲਦਿਆਂ ਜੋ ਸਰਕਾਰ ਵੱਲੋਂ ਇੰਜੈਕਸ਼ਨ ਲਗਾਏ ਜਾ ਰਹੇ ਹੈ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਕਿਸ ਕਦਰ ਉਹ ਸਹੀ ਹੈ ਗਲਤ ਹੈ ਕਿੰਨੇ ਤਰ੍ਹਾਂ ਦੀ ਹੈਗੀ ਆ ਉਹ ਕਿਹਨੂੰ ਲਾਉਣ ਦੇ ਨਾਲ ਕੀ ਫਰਕ ਪੈਂਦਾ ਕਿਹਨੂੰ ਲਾਉਣ ਦੇ ਨਾਲ ਕੀ ਸਿੰਪਟਮ ਆਉਂਦੇ ਆ ਉਹ ਸਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਨੇ ਵਾਈਸ ਚਾਂਸਲਰ ਡਾਕਟਰ ਰਾਜ ਭਾਦਰ ਜੀ ਡਾਕਟਰ ਸਾਹਿਬ ਵੈਕਸੀਨੇਸ਼ਨ ਜਿਹੜੀ ਹੋ ਰਹੀ ਹੈਗੀ ਆ ਲੋਕਾਂ ਦੇ ਵਿੱਚ ਬੜਾ ਵਹਿਮ ਪਾਇਆ ਜਾ ਰਿਹਾ ਹੈਗਾ ਵੀ ਨਹੀਂ ਲਗਵੋਣੀ ਜਾਂ ਇਹਦੇ ਨਾਲ ਆ ਰੈਐਕਸ਼ਨ ਹੋ ਜਾਊਗਾ ਆ ਹੋ ਜਾਊਗਾ ਇਹ ਪਲੀਜ਼ ਕਨਫਰਮ ਕਰੋ ਲੋਕਾਂ ਨੂੰ ਕਲੀਅਰ ਕਰੋ ਵੀ ਕੀ ਹੁੰਦਾ ਹੈ ਇਹਦੇ ਨਾਲ ਵੈਕਸੀਨੇਸ਼ਨ ਨਾਲ ਕੀ ਸਿੰਪਟਮ ਆਉਂਦੇ ਆ ਅਸਲੀ ਗੱਲ ਜਿਹੜਾ ਪੱਕਾ ਇਲਾਜ ਹੀ ਦਾ ਇਹ ਹੈ ਵੀ ਵੈਕਸੀਨੇਸ਼ਨ ਹੋਣੀ ਚਾਹੀਦੀ। ਹੁਣ ਇੱਕ ਭਾਵਨਾ ਸਾਡੇ ਸਾਰਿਆਂ ਚ ਹੈ ਵੀ ਵੈਕਸੀਨੇਸ਼ਨ ਤਾਂ ਬੱਚਿਆਂ ਚ ਹੁੰਦੀ ਸੀ। ਹਰੇਕ ਬੱਚੇ ਨੂੰ ਵੈਕਸੀਨੇਸ਼ਨ ਲੱਗਦਾ। ਇਹ ਪਹਿਲੀ ਵੈਕਸੀਨੇਸ਼ਨ ਹੈ ਜਿਹੜੀ ਅਡਲਟ ਚ ਹੋ ਰਹੀ। ਇਸ ਕਰਕੇ ਸਾਡੇ ਦਿਮਾਗ ਚ ਆ ਜਾਂਦਾ ਵੀ ਇਹ ਅਸੀਂ ਕਿੱਥੇ ਗੱਲ ਚ ਫਸ ਗਏ ਵੈਕਸੀਨੇਸ਼ਨ ਅਸੀਂ ਲਵਾਣੀ ਨਹੀਂ। ਠੀਕ ਹੈ ਜੀ। ਕਿਉਂਕਿ ਵੈਕਸੀਨੇਸ਼ਨ ਤਾਂ ਬੱਚਿਆਂ ਨੂੰ ਲੱਗਦੀ ਸੀ ਇਸ ਕਰਕੇ ਇਹ ਮਨ ਚ ਜਿਹੜਾ ਖਿਆਲ ਹੈ ਕਿ ਅਸੀਂ ਵੈਕਸੀਨ ਨਹੀਂ ਲਵਾਣੀ ਇਹ ਗਲਤ ਹੈ। ਵੈਕਸੀਨੇਸ਼ਨ ਇਹ ਬਣੀ ਸਵਾਸਤ ਹੈ। ਔਰ ਇਹ ਬੜੀ ਖਾਸ ਚੀਜ਼ ਹੈ ਕਿ ਜਿਹੜੀ ਆਮ ਵੈਕਸੀਨ ਹੈ ਜਿਹੜੀ ਤਿਆਰ ਹੁੰਦੀ ਹੈ ਉਹ ਤਕਰੀਬਨ 10-10 ਸਾਲ ਲੱਗ ਜਾਂਦੇ ਬਣਨ ਨੂੰ ਪਰ ਇਹ ਸਾਇੰਟਿਸਟ ਦੀ ਮਿਹਨਤ ਹੈ ਉਹਨਾਂ ਦੀ ਮਿਹਨਤ ਸਦਕਾ ਹੈ ਕਿ 1 ਸਾਲ ਚ ਵੈਕਸੀਨ ਤਿਆਰ ਹੋ ਗਈ ਹਿੰਦੁਸਤਾਨ ਚ ਵੀ ਤਿਆਰ ਹੋਈ ਔਰ ਬਾਹਰ ਵੀ ਤਿਆਰ ਹੋਈਆਂ ਇਹ ਸਾਰੀਆਂ ਵੈਕਸੀਨ ਜਿਹੜੀਆਂ ਹੈ ਦੇ ਆਰ ਵੈਰੀ ਯੂਸਫੁਲ ਤੋਂ ਅੱਜ ਸਾਡੇ ਕੋਲ ਦੋ ਤਰ੍ਹਾਂ ਦੀਆਂ ਵੈਕਸੀਨ ਹੈ ਇੱਕ ਦਾ ਨਾਮ ਹੈ ਕੋਵੀ ਸ਼ੀਲਡ ਤੇ ਦੂਜੀ ਦਾ ਕੋਵੈਕਸਿਨ ਜਿਹੜੀ ਕੋਵੀ ਸ਼ੀਲਡ ਦੀ ਮਾਤਰਾ ਸਾਡੇ ਕੋਲ ਜਿਹੜੀ ਮਿਲ ਰਹੀ ਹੈ ਉਹ ਜ਼ਿਆਦਾ ਹੈ ਕੋਵੈਕਸਿਨ ਦੀ ਮਾਤਰਾ ਘੱਟ ਹੈ ਦੇਖਿਆ ਇਹ ਗਿਆ ਕਿ ਜਿਹੜੀ ਦੋਨੋਂ ਅੱਛੀਆਂ ਹੈ ਪਰ ਪ੍ਰੋਡੋਮਿਨੈਂਟਲੀ ਜ਼ਿਆਦਾ ਕਿਉਂਕਿ ਹੁਣ ਜ਼ਿਆਦਾ ਬੰਦਿਆਂ ਨੂੰ ਕੋਵਿਸ਼ੀਲਡ ਲੱਗੀ ਤਾਂ ਸਾਡੇ ਕੋਲੇ ਤਜਰਬਾ ਕੋਵਿਸ਼ੀਲਡ ਦਾ ਜ਼ਿਆਦਾ ਹੈ ਕਿ ਇਹਦਾ ਕੋਈ ਕਿਸੇ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਸੋ ਮੈਂ ਇਹ ਕਹੂੰਗਾ ਵੀ ਜਦ ਵੀ ਤੁਹਾਨੂੰ ਕੋਈ ਵੈਕਸੀਨ ਮਿਲਦੀ ਹੈ ਕੋਵਿਸ਼ੀਲਡ ਮਿਲਦੀ ਤਾਂ ਕੋਵਿਸ਼ੀਲਡ ਲਵਾ ਲੈਣੀ ਚਾਹੀਦੀ ਵੀ ਸਭ ਵੈਕਸੀਨੇਸ਼ਨ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਬਲੈਕ ਫੰਗਸ ਵਾਈਟ ਫੰਗਸ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਜਨਮ ਹੋ ਰਿਹਾ ਹੈਗਾ ਔਰ ਉਹਨਾਂ ਦਾ ਲੋਕਾਂ ਦੇ ਵਿੱਚ ਬੜਾ ਭੈ ਬਣਿਆ ਹੋਇਆ ਹੈ ਵੀ ਇਹਨਾਂ ਦਾ ਕੋਈ ਟਰੀਟਮੈਂਟ ਨਹੀਂ ਹੈ ਇਹਦੇ ਬਾਰੇ ਪਬਲਿਕ ਨੂੰ ਕਲੀਅਰ ਸਰ ਜਿਸ ਲੈ ਕਿਸੇ ਬੰਦੇ ਦੀ ਇਮਿਊਨਿਟੀ ਘਟ ਜਾਵੇ ਜਿੱਦਾਂ ਕਿ ਅਸੀਂ ਸਟੂਡੈਂਟ ਦਿੰਦੇ ਸਟੂਡੈਂਟ ਕਰਕੇ ਔਰ ਉਹਦੇ ਕੋਲ ਉਹਨੂੰ ਪਹਿਲਾਂ ਕੋਵਿਡ ਦਾ ਬਿਮਾਰੀ ਹੋਈ ਹੈ ਸਟੂਡੈਂਟ ਕਰਕੇ ਔਰ ਡਾਇਬੀਟਿਸ ਕਰਕੇ ਉਹਦੀ ਇਨਫੈਕਸ਼ਨ ਹੈ ਤਾਂ ਉਹਦੇ ਚ ਸਾਡੀ ਜਿੰਨੀ ਵੀ 에ਅਰ ਹੈ ਇਸ 에ਅਰ ਚ ਜਿਹੜੇ ਫੰਗਸ ਦੇ ਸਪੋਰਜ਼ ਹੁੰਦੇ ਇਹ ਹੁਣ ਵੀ ਐਗਜ਼ਿਸਟ ਕਰਦੇ ਪਹਿਲਾਂ ਵੀ ਐਗਜ਼ਿਸਟ ਕਰਦੇ ਪਰ ਉਹ ਬੰਦੇ ਜਿਨ੍ਹਾਂ ਦੀ ਇਮਿਊਨਿਟੀ ਫੇਰ ਕੱਟ ਗਈ ਉਹਨਾਂ 'ਚ ਇਹ ਜਾ ਸਕਦੇ ਇਹ ਵੀ ਦੇਖਿਆ ਗਿਆ ਵੀ ਉਹ ਪੇਸ਼ੈਂਟ ਕੁਝ ਪੇਸ਼ੈਂਟ ਜਿਹੜੇ ਵੈਂਟੀਲੇਟਰਸ 'ਤੇ ਹੈ ਜੇ ਵੈਂਟੀਲੇਟਰ ਦਾ ਜਿਹੜਾ ਇੱਕ ਅਸੀਂ ਯੂਜ਼ ਕਰਦੇ ਪਾਣੀ ਜੇ ਪਾਣੀ ਨਾ ਸਾਫ਼ ਕਰੀਏ ਜੇ ਉਹਦੀ ਜਗ੍ਹਾ ਅਸੀਂ ਸੇਲਾਈਨ ਯੂਜ਼ ਕਰੀਏ ਜਾਂ ਬਿਸਲੇਰੀ ਪਾਈਏ ਤਾਂ ਉਹ ਪਾਣੀ ਜਿਹੜੇ ਨਾਲ ਹੈ ਉਹਦੇ ਚਾਂਸਸ ਬੜੇ ਘੱਟ ਹੈ ਕਿ ਤੁਹਾਨੂੰ ਫੰਗਸ ਹੋ ਸਕੇ ਇਹ ਫੰਗਸ ਦੀ ਇਨਫੈਕਸ਼ਨ ਜਿਹੜੀ ਹੈ ਜਾ ਕੇ ਕਿਉਂਕਿ ਨੱਕ 'ਤੇ ਜਾਂਦੀ ਨੱਕ ਤੇ ਸਿੱਧੀ ਇਹ ਬੇਸ ਹੋਤੀ ਸਕਲ 'ਤੇ ਚੱਲ ਜਾਂਦੀ ਔਰ ਉਹਦੇ 'ਚ ਕਰਕੇ ਬੰਦੇ ਦੇ ਬ੍ਰੇਨ ਚ ਵੀ ਜਾ ਸਕਦੀ ਔਰ ਅੱਖ ਵੀ ਜਿਹੜੀ ਇਨਵੋਲ ਹੋ ਸਕਦੀ ਬਲਾਈਂਡਨੈਸ ਹੋ ਸਕਦੀ ਔਰ ਇਹ ਅਨਕੌਂਸ਼ੀਅਸ ਵੀ ਹੋ ਸਕਦਾ ਬੰਦਾ ਸੋ ਇਹਦੇ ਵਾਸਤੇ ਜਿੱਦਾਂ ਵੀ ਕੋਈ ਫੰਗਲ ਇਨਫੈਕਸ਼ਨ ਉਦਾਂ ਵੀ ਹੈ ਜਿੱਦਾਂ ਸਾਡੇ ਟੀਵੀ ਦੀ ਇਨਫੈਕਸ਼ਨ ਹੈ ਇਸ ਫੰਗਲ ਵਾਸਤੇ ਵੀ ਸਾਨੂੰ ਸਰਜੀ ਦੀ ਵੀ ਲੋੜ ਪੈਣੀ ਹੈ ਅਸੀਂ ਉਹਦੀ ਸਫਾਈ ਕਰਨੀ ਚਾਹੀਦੀ ਹੈ ਅੰਦਰੋਂ ਫਿਰ ਨਾਲ ਬੰਦੇ ਨੂੰ ਜਿਹੜੀ ਐਂਟੀਫੰਗਲ ਡਰੱਗਸ ਹੈ ਉਹ ਦੇਣੀਆਂ ਚਾਹੀਦੀਆਂ ਉਹਨਾਂ ਨੇ ਵਿਸਥਾਰਪੂਰਕ ਦੱਸਿਆ ਹੈਗਾ ਕਿ ਵੈਕਸੀਨੇਸ਼ਨ ਸਾਨੂੰ ਜ਼ਰੂਰ ਲਵਾਉਣੀ ਚਾਹੀਦੀ ਹੈਗੀ ਆ ਤਾਂ ਜੋ ਜਿਨ੍ਹਾਂ ਨੂੰ ਕੋਵਿਡ ਹੋ ਜਾਂਦਾ ਹੈਗਾ ਜਾਂ ਹੋ ਕੇ ਹਟਿਆ ਹੈਗਾ ਉਹਨਾਂ ਨੂੰ ਦੁਬਾਰਾ ਕੋਵਿਡ ਹੋਣ ਦੇ ਵੀ ਚਾਂਸਸ ਘਟ ਜਾਂਦੇ ਆ ਔਰ ਬੈੱਡ ਤੇ ਉਹਨਾਂ ਦੀ ਡੈਥ ਨਹੀਂ ਹੁੰਦੀ ਹੈਗੀ ਡੈਥ ਰੇਟ ਜਿਹੜਾ ਹੈਗਾ 10 ਲੱਖ ਦੇ ਮਗਰ ਇੱਕ ਅੱਧੇ ਬੰਦੇ ਦੀ ਜੇਕਰ ਗੱਲ ਕਰ ਲਈਏ ਤਾਂ ਡੈਥ ਦੀ ਜਿਹੜੀ ਰੇਸ਼ੋ ਹੈਗੀ ਆ ਕੈਮਰਾਮੈਨ ਸਜਿੰਦਰ ਦੇ ਨਾਲ ਅਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀਦਕੋਟ